ਦੇਖੋ ਜੀ, ਜਿਹੜੀ ਅੱਜ ਇਹ ਘਟਨਾ ਘਟੀ ਆ, ਸਾਨੂੰ ਵੀ ਮੀਡੀਆ ਰਾਹੀਂ ਜਿਹੜਾ ਉਹ ਪਤਾ ਲੱਗਾ ਵਾ, ਸਾਡੀ ਕੋਈ ਫੋਨ 'ਤੇ ਗੱਲਬਾਤ ਨਹੀਂ ਹੋਈ। ਔਰ ਸਾਨੂੰ ਉੱਥੇ ਪਤਾ ਲੱਗਾ, ਜਿਹੜੀ ਹੁਣ ਸਾਡੇ ਕੋਲ ਜਾਣਕਾਰੀ ਆ ਕਿ ਉਹਨਾਂ ਦੀ ਸਿਕਿਉਰਿਟੀ ਦੀ ਉੱਥੇ ਡਿਊਟੀ ਆ, ਅਤੇ ਸਿਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਆਪਣਾ ਤੁਸੀਂ ਫੋਨ ਵੀ ਚੈੱਕ ਕਰਾਓ, ਉਹਦੀ ਜਿਹੜਾ ਸਕੈਨਰ ਦੇ ਵਿੱਚ ਦੀ ਲੰਘਾਉਂਦੇ ਆ, ਪਰਸ ਵੀ ਉਹ ਤੋਂ ਤੂੰ ਮੈਂ ਜਿਹੜੀ ਉਹ ਹੋਈ ਆ, ਉਹਦੇ ਵਿੱਚੋਂ ਹੀ ਸਾਰਾ ਕੁਛ ਹੀ ਹੋਇਆ। ਦੇਖੋ ਜਦੋਂ ਤੂੰ ਮੈਂ ਹੋ ਗਈ ਤੇ ਕੰਗਨਾ ਰਣੌਤ ਜੀ ਬਹੁਤ ਮਾੜਾ ਚੰਗਾ ਜਿਹੜਾ ਉਹ ਕਿਸਾਨਾਂ ਬਾਰੇ, ਸਾਡੀਆਂ ਧੀਆਂ ਭੈਣਾਂ ਬਾਰੇ ਬੋਲਦੀ ਰਹੀ ਆ ਕਿ ਟਕੇ ਟਕੇ ਤੇ ਟਕੇ ਟਕੇ ਦੀਆਂ ਬੀਬੀਆਂ 100-100 ਰੁਪਈਏ ਦਿਹਾੜੀ ਆਉਂਦੇ ਆ, ਤੇ ਫਿਰ ਉਹਦੇ ਭਾਵਨਾਵਾਂ ਦੇ ਵਿੱਚੋਂ ਜਿਹੜਾ ਵਾ ਇਹ ਸਾਰਾ ਕੁਛ ਹੋਇਆ ਵਾ। ਇਹ ਸੁਭਾਵਿਕ ਆ, ਜਦੋਂ ਤੁਸੀਂ ਕਿਸੇ ਦੀ ਮਾਂ ਭੈਣ ਨੂੰ ਮਾੜਾ ਬੋਲੋਗੇ, ਜਦੋਂ ਤੁਸੀਂ ਉਹਨਾਂ ਦੇ ਭਰਾਵਾਂ ਪ੍ਰਤੀ ਮਾੜਾ ਬੋਲੋਗੇ, ਤੇ ਇਹ ਫਿਰ ਸੁਭਾਵਿਕ ਹੀ ਆ ਵੀ ਕਿਤੇ ਨਾ ਕਿਤੇ ਦੇਖੋ ਕੋਈ ਬਾਹਲੀ ਲੰਬੀ ਚੌੜੀ ਇੱਥੇ ਸਾਡੀ ਉਹਨਾਂ ਨਾਲ ਵਿਚਾਰ ਨਹੀਂ ਹੁੰਦੀ, ਪਰ ਸੋਸ਼ਲ ਮੀਡੀਆ ਜ਼ਮਾਨਾ ਵਾ, ਮੀਡੀਆ ਜ਼ਮਾਨਾ ਵਾ, ਉੱਥੇ ਸਾਰਾ ਕੁਛ ਪਤਾ ਲੱਗਦਾ ਵੀ ਕੌਣ ਚੰਗਾ ਤੇ ਕੌਣ ਮਾੜਾ ਵਾ, ਕੌਣ ਕੀ ਬੋਲ ਰਿਹਾ, ਕੌਣ ਕੀ ਨਹੀਂ ਬੋਲ ਰਿਹਾ। ਜਦੋਂ ਉਹਨਾਂ ਕੋਲ ਹੋਰ ਕੁਛ ਨਹੀਂ ਹੁੰਦਾ ਤੇ ਉਹਨਾਂ ਨੇ ਅੱਗ ਲਾਓ ਜਿਹੜਾ ਬਿਆਨ ਉਹ ਦੇਣਾ ਹੀ ਹੁੰਦਾ, ਇਸ ਤੋਂ ਪਹਿਲਾਂ ਵੀ ਬਹੁਤ ਕੁਛ ਉਹ ਬੋਲਦੇ ਰਹੇ ਆ, ਤੇ ਇਹ ਤੇ ਕੋਈ ਵੱਡੀ ਗੱਲ ਨਹੀਂ। ਜੇ ਉਹਨਾਂ ਨੇ ਅੱਜ ਕਹਿਤਾ ਵੀ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋ ਰਿਹਾ ਵਾ, ਦੂਜਾ ਤੀਜਾ, ਉਹ ਤਾਂ ਪਹਿਲਾਂ ਵੀ ਬਿਆਨ ਦਿੰਦੇ ਆਏ। ਚਲੋ ਠੀਕ ਆ, ਜਿਹੜੀ ਉਹ ਇਨਕੁਆਇਰੀ ਦੇ ਵਿੱਚ ਜੋ ਆਊਗਾ ਤੇ ਕੋਈ ਗੱਲ ਨਹੀਂ, ਬਿਲਕੁਲ ਨਹੀਂ, ਇੱਕ ਆਨੇ ਦਾ ਵੀ ਨਹੀਂ। ਜਥੇਬੰਦੀ ਨਾਲ ਖੜੀ ਆ, ਡਟ ਕੇ ਖੜੀ ਹੋਈ ਆ, ਜਥੇਬੰਦੀ ਵੀ ਖੜੀ ਹੋਈ ਆ, ਹੋਰ ਵੀ ਸੰਸਥਾ ਜਿਹੜੀਆਂ ਉਹ ਖੜੀਆਂ ਹੋਈਆਂ ਜੋ ਅਸੀਂ ਵੇਖ ਰਹੇ ਹਾਂ। ਹਾਂ, ਅਸੀਂ ਬੱਚਿਆਂ ਦਾ ਤਾਂ ਜ਼ਿਕਰ ਕਰ ਰਹੇ ਹਾਂ ਵਾਰ ਵਾਰ ਵੀ ਅਜੇ ਤੱਕ ਮੀਡੀਆ ਨੇ ਬੱਚੇ ਜਿਹੜੇ ਉਹ ਨਹੀਂ ਦਿਖਾਏ, ਛੋਟੇ ਬੱਚੇ ਆ, 9 ਸਾਲ ਦੀ ਗੁੜੀਆ ਵਾ, 9-10 ਦੀ, 5-6 ਸਾਲ ਦਾ ਕਾਕਾ ਵਾ, ਤੇ ਉੱਥੇ ਭਾਜੀ ਤੇ ਭੈਣ ਦੋਵੇਂ ਜਿਹੜੇ ਆ ਉਹ ਰਹਿੰਦੇ ਆ, ਹੋਰ ਕੋਈ ਉੱਥੇ ਨਹੀਂ ਹੈਗਾ, ਤੇ ਅਸੀਂ ਚਾਹੁੰਦੇ ਹਾਂ ਵੀ ਮੀਡੀਆ ਸਾਨੂੰ ਇੱਕ ਨਾ ਬੱਚੇ ਜ਼ਰੂਰ ਦਿਖਾਵੇ ਵੀ ਉਹ ਕਿਹਦੇ ਸਪੁਰਦ ਆ। ਜਿਹੜੇ ਪਰਿਵਾਰ ਆ, ਜਿਹੜਾ ਵਿਆਹ ਕਦੋਂ ਕੋ ਹੁੰਦਾ ਹੈ ਉਹਦਾ, ਕਿਹੜੇ ਪਰਿਵਾਰ ਦੇ ਵਿੱਚ ਵਿਆਹ ਹੁੰਦਾ ਹੈ, ਕਿੰਨੇ ਕੁ ਸਾਲ ਹੋ ਗਏ ਵਿਆਹ ਹੋਏ? ਇਹ 14-15 ਦੇ ਵਿੱਚ ਮੇਰੇ ਸਾਹ ਵਿਆਹ ਹੁੰਦਾ। ਹਾਂਜੀ, ਜਿਹੜੇ ਇਹਨਾਂ ਦੇ ਪਤੀ ਨੇ ਉਹ ਕੀ ਕਰਦੇ ਨੇ? ਉਹ ਵੀ ਇਸੇ ਮਹਿਕਮੇ ਦੇ ਵਿੱਚ ਹੀ ਆ। ਹਾਂਜੀ, ਉਹਨਾਂ ਦੀ ਡਿਊਟੀ ਵੀ ਉੱਥੇ ਹੀ। ਹੁਣ ਜਿਹੜੀ ਲਿਖੀ ਸ਼ਿਕਾਇਤ ਹੈ, ਇੱਕ ਮੌਜੂਦਾ ਐਮਪੀ ਦੇ ਉੱਪਰ ਜਿਹੜਾ ਇਹੋ ਜਿਹਾ ਵਰਤੀਰਾ ਹੋਣਾ, ਕਿਉਂਕਿ ਸੁਰੱਖਿਆ ਦੇ ਵਿੱਚ ਉਹ ਖੁਦ ਤਨਾਤ ਨੇ ਤੇ ਖੁਦ ਹੀ ਸੁਰੱਖਿਆ ਭੰਗ ਕਰਦੇ ਨੇ, ਤੇ ਕੀ ਲੱਗਦਾ ਕੀ ਹੈ? ਦੇਖੋ ਜੀ, ਤੁਸੀਂ ਮੈਨੂੰ ਵਾਰ ਵਾਰ ਸਵਾਲ ਕਰ ਰਹੇ ਹੋ, ਜਦੋਂ ਜਿਹੜੇ ਐਮਪੀ ਆ ਜਾਂ ਵੱਡੇ ਅਹੁਦੇ ਤੇ ਆ, ਉਹਨਾਂ ਨੂੰ ਵੀ ਆਪਣੇ ਸ਼ਬਦਾਂ ਦੀ ਜਿਹੜੀ ਉਹ ਮਰਿਆਦਾ ਰੱਖਣੀ ਚਾਹੀਦੀ ਆ। ਇਹ ਥੋੜਾ ਵੀ ਜੋ ਮੂੰਹ ਚਾਹੋ ਸਾਡੀਆਂ ਧੀਆਂ ਭੈਣਾਂ ਸਾਡੀਆਂ ਮਾਵਾਂ ਨੂੰ ਟਕੇ ਟਕੇ ਦੇ ਦੱਸੋ, ਤੇ ਫਿਰ ਭਾਵਨਾਵਾਂ ਦੇ ਕਿਤੇ ਨਾ ਕਿਤੇ ਪਾਈ ਭੜਕ ਜਾਂਦੀਆਂ ਵਾ। ਇਹ ਪਹਿਲਾਂ ਸਿਕਿਉਰਿਟੀ ਤੋਂ ਗੱਲ ਹੋਈ ਆ, ਇਹ ਬਾਅਦ ਦੇ ਵਿੱਚ ਸਾਰਾ ਕੁਛ ਹੋਇਆ ਵਾ ਜੋ ਸਾਨੂੰ ਮੀਡੀਆ ਰਾਹੀਂ ਪਤਾ ਲੱਗ ਰਿਹਾ। ਮੰਗ ਦੇਖੋ ਜੀ, ਸਵੇਰ ਤਾਂ ਹੀ ਪਤਾ ਲੱਗੂ, ਕਲੀਅਰ ਅਸੀਂ ਜਾਣੇ ਆ, ਪਤਾ ਕਰਦੇ ਆ ਵੀ ਕੀ ਘਟਨਾ ਵਾਪਰੀ ਆ ਕੀ ਨਹੀਂ ਆ, ਉਹ ਜਿਹੜੀ ਉਹਦੀ ਜਾਂਚ ਹੋਣੀ ਚਾਹੀਦੀ ਆ। ਉਹਨਾਂ ਦਾ ਕੋਈ ਫੋਨ ਫਾਨ ਖੋਲ ਲਿਆ ਉਹ ਅਸੀਂ ਲਾਉਂਦੇ ਰਹੇ, ਚੁੱਕਦੇ ਨਹੀਂ। ਸਾਡੀ ਚਾਚਾ ਜੀ ਦੀ ਲੜਕੀ ਆ ਕੁਲਵਿੰਦਰ ਕੌਰ, ਤੇ ਘਟਨਾ ਕਰਮ ਆ ਤੁਸੀਂ ਵੇਖ ਹੀ ਲਿਆ ਜੋ ਮੀਡੀਆ ਚੱਲਣ ਦਿਆ, ਇੱਕ ਉਹਨਾਂ ਤਕਾਰ ਹੋਇਆ ਵਾ ਆਪਣੇ ਕੰਗਣਾ ਦੇ ਨਾਲ, ਤੇ ਉਹਨਾਂ ਨੇ ਕੋਈ ਹੋ ਗਿਆ ਹੋਊਗਾ ਚੈਕਿੰਗ ਤੋਂ ਵੀ ਚੈਕਿੰਗ ਨਾ ਕਰਾਉਂਦੀ ਹੋਊਗੀ। ਇਹਨਾਂ ਮੀਡੀਆ ਵਾਲਿਆਂ ਨੇ ਇੱਕ ਸੋਸਾ ਜਿਹਾ ਛੱਡਤਾ ਵੀ ਉਹਦੇ ਲੱਫੜ ਮਾਰਤਾ, ਬਿਲਕੁਲ ਸਾਡੀ ਲੜਕੀ ਨੇ ਲੱਫੜ ਨਹੀਂ ਮਾਰਿਆ, ਜੇ ਕਿਤੇ ਮਾਰਿਆ ਤਾਂ ਸਾਨੂੰ ਦਿਖਾਉਣ। ਸਾਡਾ ਤੇ ਮੁੜ ਤੋਂ ਹੀ ਪਰਿਵਾਰ ਜਿਹੜਾ ਵਾ ਆਰਮੀ ਚ ਆ, ਫੌਜ ਤੋਂ, ਦਾਦਿਆਂ ਤੋਂ ਲੈ ਕੇ ਚਲਦੀ ਹੈ। ਹਾਂਜੀ, ਮੁੜ ਤੋਂ ਹੀ ਪਰਿਵਾਰ ਸਾਡਾ ਜਿਹੜਾ ਵਾ ਇਹ ਫੌਜੀ ਚ ਫੌਜੀ ਹੋਏ ਆ, ਆਰਮੀ ਚ ਹੋਏ ਆ, 5 ਸਾਡੇ ਫੌਜੀ ਪਹਿਲਾਂ ਹੋ ਚੁੱਕੇ, ਕੈਪਟਨ ਦੇ ਰੈਂਕ ਤੱਕ ਹੋ ਚੁੱਕੇ ਆ। ਜਿਹੜੀ ਇਹ ਕੰਗਣਾ ਕਹਿ ਰਹੀ ਆ ਵੀ ਇਹ ਅੱਤਵਾਦੀ ਆ ਫਲਾਣੇ ਆ, ਇਹਨਾਂ ਨੇ 71 ਦੀ ਜੰਗ ਵੀ ਲੜੀ, 65 ਦੀ ਵੀ ਲੜੀ, ਕਿਉਂ ਅੱਤਵਾਦੀ ਹੀ ਨਾਲ ਜੰਗਾਂ ਲੜੀਆਂ ਪਹਿਲਾਂ, ਇਹ ਬਿਲਕੁਲ ਗਲਤ ਬੋਲ ਰਹੀ ਆ। ਪਹਿਲਾਂ ਵੀ ਇਹ ਕਿਸਾਨਾਂ ਨੂੰ ਬਹੁਤ ਗਲਤ ਬੋਲੀ ਸੀ ਵੀ ਮਾਤਾ ਭੈਣਾਂ ਨੂੰ ਬੋਲੀ ਸੀ ਵੀ ਇਹ ਟਕੇ ਟਕੇ ਦੀਆਂ 100-100 ਤੇ ਦਿਹਾੜੀ ਤੇ ਆਈਆਂ ਸੀ, ਉਹ ਜ਼ਰੂਰ ਸਾਡੀ ਲੜਕੀ ਨੇ ਬੋਲਿਆ ਵੀ ਤੂੰ ਇਹ ਗੱਲਾਂ ਬੋਲੀਆਂ, ਜਦੋਂ ਤਕਾਰ ਹੋਇਆ ਸੀ ਉਹਨਾਂ ਦਾ ਤੂੰ ਮੈਮ ਹੋਈ ਆ, ਉਹ ਇਹ ਲਫ਼ਜ ਜ਼ਰੂਰ ਬੋਲਦੀ ਸੁਣ ਰਹੀ ਮੀਡੀਆ ਸਾਹਮਣੇ, ਕੋਈ ਲੱਫੜ ਨਹੀਂ ਵੇਖਿਆ ਸੀ, ਕੋਈ ਗੱਲ ਨਹੀਂ, ਇਹਦੀ ਜਾਂਚ ਹੋਊਗੀ, ਇਨਕੁਆਇਰੀ ਹੋਊਗੀ, ਸਾਰਾ ਸਾਹਮਣੇ ਆ ਜਾਊਗਾ ਜੀ ਸੱਚ। ਹੁਣ ਮੰਗ ਕੀ ਕਰਨਾ ਚਾਹੁੰਦੇ?
ਅਸੀਂ ਮੰਗ ਇਹ ਕਰਨੀ ਚਾਹੁੰਦੇ ਜੋ ਸੱਚ ਉਹ ਸਾਹਮਣੇ ਦਿਖਾਇਆ ਜਾਵੇ। ਜੇ ਥੱਪੜ ਮਾਰਿਆ ਤਾਂ ਸਾਨੂੰ ਦਿਖਾਇਆ ਜਾਵੇ ਵੀ ਕਿੱਥੇ ਮਾਰਿਆ ਵਾ। ਇਹ ਬਿਲਕੁਲ ਜਿਹੜੀ ਅੱਤਵਾਦੀ ਦੱਸਣ ਦੇ ਅੱਤਵਾਦੀ ਨੀਗੇ, ਪੰਜਾਬ ਦੇ ਸਾਰੇ ਯੋਧੇ ਆ, ਸੂਰਬੀਰ ਆ। ਕੀ ਗੱਲ, 16 ਸਾਲ ਤੋਂ ਲੜਕੀ ਜਿਹੜੀ ਆ ਉਹ ਆਰਮੀ ਚ ਕੰਮ ਕਰ ਰਹੀ ਆ, ਕੀ ਉਹਨੇ ਪਹਿਲਾਂ ਅੱਜ ਤੋਂ ਪਹਿਲਾਂ ਕਿਤੇ ਇਹੋ ਜਿਹਾ ਕੋਈ ਹਰਕਤ ਹੋਈ ਆ? ਕੋਈ ਹੋਰ ਵੀ ਕਰ ਰਹੇ ਆ ਸਾਡੇ ਪੰਜਾਬ ਦੇ ਜਵਾਨ ਕਰਨ ਦੇ ਆ, ਆਰਮੀ ਚ ਨੌਕਰੀ ਕਰਨ ਦੇ ਆ, ਸਰਵਿਸ ਕਰਨ ਦੇ, ਉਹ ਸਾਰੇ ਅੱਤਵਾਦੀ ਆ। ਜੋ ਵੀ ਘਟਨਾ ਵਾਪਰਦੀਆਂ ਉਹ ਕਿਤੇ ਨਾ ਕਿਤੇ ਕਿਤੇ ਰੋਸ ਚ ਨਿਕਲਦੀਆਂ, ਜੋ ਸਾਨੂੰ ਮੀਡੀਆ ਰਹੀ ਇਹ ਗੁੜੀਆ ਦਾ ਪਤਾ ਲੱਗਾ ਹਲਦੀ ਘੜੀ ਦੇ। ਮੇਰਾ ਖਿਆਲ ਆ ਵੀ ਅਸੀਂ ਤਾਂ ਕਦੀ ਗੁੜੀਆ ਦੇ ਮੱਥੇ ਵੀ ਨੀ ਲੱਗੇ ਜੋ ਵਿਆਹੀ ਆ ਕਾਫੀ ਲੰਮੇ ਸਮੇਂ ਤੋਂ। ਪਰ ਜੋ ਵੀ ਕੁਛ ਹੋਇਆ ਉਹਨਾਂ ਦਾ ਜੋ ਡਿਊਟੀ ਆ, ਡਿਊਟੀ ਦੇ ਵਿੱਚ ਮੁਲਾਜ਼ਮ ਜਿਹੜਾ ਉਹ ਪੂਰਾ ਆਪਦੀ ਡਿਊਟੀ ਨਿਭਾਉਂਦਾ। ਜੋ ਸਾਨੂੰ ਪਤਾ ਲੱਗਾ ਕਿ ਜੋ ਪਰਸ ਤੇ ਮੋਬਾਈਲ ਜਿਹੜਾ ਉਹਨਾਂ ਦਾ ਟਰੇਸ ਕਰਨਾ ਹੈ ਜਾਂ ਸਕੈਨ ਕਰਨਾ ਹੁੰਦਾ, ਸਿਕਿਉਰਿਟੀ ਜਿਹੜੀ ਹੁੰਦੀ ਏਅਰਪੋਰਟ ਤੇ ਬਹੁਤ ਜ਼ਿਆਦਾ ਸਖ਼ਤ ਹੁੰਦੀ ਆ, ਆਪਾਂ ਨੂੰ ਸਾਰਿਆਂ ਨੂੰ ਪਤਾ। ਉੱਥੇ ਉਹਨਾਂ ਦੀ ਸਿਕਿਉਰਿਟੀ ਦੀ ਤਲਾਸ਼ੀ ਤੋਂ ਤੂੰ ਤੂੰ ਮੈਂ ਮੈਂ ਹੋਈ ਆ, ਤੂੰ ਤੂੰ ਮੈਂ ਦੇ ਵਿੱਚੋਂ ਜੋ ਕੁਝ ਆਇਆ ਉਹ ਸਾਹਮਣੇ ਫਿਰ ਗਾਂਹ ਦੀ ਗਾਂਹ ਗਾਂਹ ਲੜੀ ਨਾ ਲੜੀ ਬਣਦੀ ਆਈ ਆ। ਪਰ ਇਹਦੇ ਵਿੱਚ ਜਿਹੜਾ ਵੀ ਮੰਨ ਲਓ ਤੁਸੀਂ 12-13 ਲੱਖ ਲੋਕਾਂ ਨੇ ਉਹਨਾਂ ਨੂੰ ਚੁਣਿਆ, 9 ਵਿਧਾਨ ਸਭਾ ਹਲਕਿਆਂ ਦਾ ਉਹ MP ਆ, ਤੇ ਉਹਨਾਂ ਨੂੰ ਕਦੇ ਨਾ ਕਦੇ ਸ਼ਬਦਾਂ ਦੀ ਮਰਯਾਦਾ ਰੱਖਣੀ ਚਾਹੀਦੀ ਆ। ਕਿਉਂਕਿ ਹਰ ਜਿਹੜਾ ਵਿਅਕਤੀ ਆ ਉਹਨੂੰ ਆਪਦੇ ਅਹੁਦੇ ਦੀ ਮਰਯਾਦਾ ਜਿਹੜੀ ਆ ਉਹ ਪੂਰੇ ਤੌਰ ਤੇ ਰੱਖਣੀ ਚਾਹੀਦੀ ਆ। ਅਸੀਂ ਇਹ ਨਹੀਂ ਆਉਂਦੇ ਵੀ ਬਹੁਤ ਖੁਸ਼ੀ ਦੀ ਗੱਲ ਆ, ਬਹੁਤ ਮਾੜੀ ਗੱਲ ਆ, ਇਹ ਚੰਗੀ ਗੱਲ ਨਹੀਂ। ਪਰ ਇਹਨੂੰ ਕਿਤੇ ਨਾ ਕਿਤੇ ਫਸਾਇਆ ਗਿਆ, ਕਿਤੇ ਨਾ ਕਿਤੇ ਉਸ ਗੱਲ ਤੋਂ ਕਰੋਪ ਕੀਤਾ ਗਿਆ। ਨਹੀਂ ਤੇ ਕੋਈ ਵੀ ਮੁਲਾਜ਼ਮ ਜਿਹੜਾ ਆਪਦੀ ਚੰਗੀ ਭਲੀ ਡਿਊਟੀ ਕਰਦਾ, ਨੌਕਰੀ ਕਰਦਾ, ਉਹਨਾਂ ਨੂੰ ਨੌਕਰੀ, ਜਿਹੜੇ ਮੁਲਾਜ਼ਮ ਸਾਡੇ ਪਰਿਵਾਰਾਂ 'ਚੋਂ ਆ, ਕਿਸਾਨ ਮਜ਼ਦੂਰਾਂ ਦੇ ਬੱਚੇ ਨੌਕਰੀਆਂ ਕਰਦੇ ਆ, ਉਹਨਾਂ ਨੂੰ ਨੌਕਰੀਆਂ ਕਰਨ ਦੇਣੀਆਂ ਚਾਹੀਦੀਆਂ। ਇਹੋ ਜਿਹੇ ਬਿਆਨ ਜਿਹੜੇ ਆ ਸਾਡੇ ਜਿਹੜੇ ਨੇਤਾ ਵਾ, ਭਾਵੇਂ MP ਆ, MLA ਆ, ਕੋਈ ਵੀ ਆ, ਇਹਨਾਂ ਨੂੰ ਬਿਆਨ ਸੋਚ ਸਮਝ ਕੇ ਦੇਣੇ ਚਾਹੀਦੇ ਆ। ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਬਿਲਕੁਲ ਨਹੀਂ ਕਰਨਾ ਚਾਹੀਦਾ। ਵੇਖੋ 2021-2020 ਦੇ ਵਿੱਚ ਮੋਰਚਾ ਦਿੱਲੀ ਲੱਗਾ, ਜਿਹੜਾ ਸੈਂਟਰ ਦੇ ਵਜ਼ੀਰ ਭਾਜਪਾ ਦੇ ਸੀ, ਕਿਹੜਾ ਕਿਹੜੀ ਗੱਲ ਨਹੀਂ ਉਹ ਬੋਲੇ। ਪਰ ਉਹਦੇ ਵਿੱਚ ਜਦੋਂ ਇਹ ਸਿਕਿਉਰਿਟੀ ਤੋਂ ਗੱਲਾਂ ਆਈਆਂ ਤੇ ਫਿਰ ਉਹਨੇ ਇਹ ਜ਼ਰੂਰ ਕਿਹਾ ਹੋਊਗਾ ਕਿ ਇਹ ਲੋਕ ਜਿਹੜੇ ਆ ਇਹ ਸਾਡੇ ਲਗਾਤਾਰ ਕਿਸਾਨੀ ਮੋਰਚੇ ਦੇ ਵਿੱਚ ਬੈਠੇ ਜਿਹੜੇ ਲਗਾਤਾਰ ਮਿਹਨਤ ਕਸ਼ ਲੋਕ ਆ, ਤੇ ਜੇ ਉਹਨਾਂ ਨੂੰ ਟਕੇ ਟਕੇ ਦੇ ਉਹਨੇ ਕਿਹਾ ਗੁੜੀਆ ਨੇ, ਤੇ ਇਹ ਗੱਲ ਕੋਈ ਗਲਤ ਨਹੀਂ ਕਹੀ। ਉਹ ਬਿਲਕੁਲ ਕਈ ਕੰਗਣਾ ਦੇ ਇੱਕ ਨਹੀਂ ਨੇਗਾ ਬਿਆਨ ਆਏ ਆ, ਬਹੁਤ ਬਿਆਨ ਉਹਦੇ ਜਿਹੜੇ ਆਏ ਆ ਉਹ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰਾਂ ਦੇ ਖਿਲਾਫ ਆਉਂਦੇ ਰਹੇ ਆ। ਪਰ ਵੇਖੋ ਕਿਤੇ ਨਾ ਕਿਤੇ ਜਦੋਂ ਕੋਈ ਵੀ ਭਾਫ ਬਣਦੀ ਆ ਕਿਤੇ ਨਾ ਕਿਤੇ ਧੂੰਆਂ ਬਣਦਾ ਤੇ ਫਿਰ ਅੱਗ ਬਲਦੀ ਆ। ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਵੀ ਸਰਕਾਰ ਨੂੰ, MPਾਂ ਨੂੰ, ਪ੍ਰਧਾਨ ਮੰਤਰੀ ਨੂੰ, ਸਾਰਿਆਂ ਨੂੰ ਮਰਯਾਦਾ ਬੋਲਣ ਤੇ ਜ਼ਰੂਰ ਭਾਸ਼ਾ ਤੇ ਰੱਖਣੀ ਚਾਹੀਦੀ ਆ। ਉਹਨੇ ਗੱਲ ਕਹੀ ਆ ਵੀ ਟਗੇ ਟਗੇ ਦੀਆਂ ਬੀਬੀਆਂ ਜਿਹੜੀਆਂ ਆ ਗਈਆਂ, ਪਰ ਇਹ ਲੋਕ ਸੰਘਰਸ਼ੀ ਆ, ਸੰਘਰਸ਼ਸ਼ੀਲ ਲੋਕ ਆ, ਇਹ ਉਹਨਾਂ ਲੋਕਾਂ ਦੇ ਵਾਰਸ ਆ ਜਿਨ੍ਹਾਂ ਨੇ ਬੱਚਿਆਂ ਦੇ ਟੁਕੜੇ ਗਲਾਂ ਦੇ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕੀਤਾ, ਇੱਕ ਪਿਆਲਾ ਪਾਣੀ ਦਾ ਪੀਂਦੇ ਰਹੇ। ਇਹ ਲੋਕ ਤੇ ਉਹਨਾਂ ਨੂੰ ਵੀ ਨਹੀਂ ਬਖਸ਼ਦੇ, ਇਹ ਉਹਨਾਂ ਲੋਕਾਂ ਦੇ ਵਾਰਸ ਆ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਲੋਕ ਆ, ਵੱਡੇ ਵਜ਼ੀਰ ਆ, ਮੰਤਰੀ, ਇਹਨਾਂ ਨੂੰ ਆਪਦੀ ਭਾਸ਼ਾ ਤੇ ਕੰਟਰੋਲ ਕਰਨਾ ਚਾਹੀਦਾ ਤੇ ਲੋਕਾਂ ਨੂੰ ਡਿਊਟੀਆਂ ਆਪਦੀਆਂ ਸਹੀ ਤਰੀਕੇ ਨਾਲ ਕਰਨ ਦੇਣੀਆਂ ਚਾਹੀਦੀਆਂ। ਵੇਖੋ ਜ਼ਰੂਰ ਖਲੋਣਗੀਆਂ, ਜ਼ਰੂਰ ਖਲੋਣਾ ਚਾਹੀਦਾ, ਕਿਉਂਕਿ ਉਹਨੇ ਜੇ ਟਗੇ ਟਗੇ ਦਾ ਉਹਨੇ ਟਗੇ ਟਗੇ ਦੀਆਂ ਬੀਬੀਆਂ ਕਿਹਾ ਤੇ ਉਹਦੇ ਮਨ 'ਚ ਵੀ